Good afternoon students, and the next practical is database management system, the 7th. And we use substring function. First, substrings functions are the work of any database value abstract. String means any name or entry. The syntax is the substring, meaning the string which are the values of the substring. Which type of string to use, how start and the length. Example, if we select the substring, student name select ਕੀਤਾ ਤੇ ਕੁਝ ਸਟੂਡੈਂਟ ਆਈਡੀ ਸਿਲੈਕਟ ਕੀਤੀ ਤੇ ਉਹਦਾ ਕੀ ਕਹਿੰਦੇ ਆਈਡੀ ਨੂੰ ਕੀ ਤਾਂ 1 ਤੇ 2 ਆਪਾਂ ਨੂੰ ਲੈਂਥ ਦੇ ਦਿੱਤੀ ਤੇ ਉਹਨੂੰ ਐਕਸਟ੍ਰੈਕਟ ਕੀਤਾ ਕਹਿੰਦੇ ਕੋਈ ਵੀ ਸਟ੍ਰਿੰਗ ਚੋਂ ਜਿਹੜਾ ਆਪਾਂ ਕਹਿੰਦੇ ਸਟੂਡੈਂਟ ਦਾ ਟੇਬਲ ਬਣਾਇਆ ਸੀਗਾ ਤੇ ਉਹਦਾ ਆਊਟਪੁੱਟ ਸਾਡੀ ਕਿੱਦਾਂ ਸ਼ੋ ਹੋਣੀ ਸਟੂਡੈਂਟ ਸਲੈਸ਼ ਨੇਮ ਸਟੂਡੈਂਟ ਸਲੈਸ਼ ਆਈਡੀ ਕਿ ਆਪਾਂ ਕੀ ਕਿਤੇ ਵੈਲਿਊ ਐਕਸਟ੍ਰੈਕਟ ਕੀਤੀ ਹੈ ਤੇ ਐਂਟਰੀ ਸਾਡੀ ਕਿੱਦਾਂ ਸ਼ੋ ਹੋਣੀ ਪਹਿਲਾਂ ਨਾਮ ਸ਼ੋ ਹੋਣੀ ਫਿਰ ਉਹਦੇ ਕੀ ਕਹਿੰਦੇ ਆਈਡੀ ਸ਼ੋ ਹੋਣੀ ਆਈਡੀ ਸ਼ੋ ਹੋਣੀ ਇਸ ਤਰ੍ਹਾਂ ਸਟੂਡੈਂਟ ਸਾਡੇ ਲਈ ਬਸ ਅੱਜ ਦਾ ਇੰਨੇ ਪ੍ਰੈਕਟੀਕਲ ਸੀਗਾ ਕਿ ਇੱਥੇ ਜਾਣਗੇ ਸਬ ਸਟ੍ਰਿੰਗ ਲੈ ਕੇ ਆਪਾਂ ਕਿੱਦਾਂ ਫੰਕਸ਼ਨ ਯੂਜ਼ ਕਰਕੇ ਆਪਾਂ ਕੀ ਕਹਿੰਦੇ ਆਪਾਂ ਵੈਲਿਊਜ਼ ਨੂੰ ਐਂਟਰੀ ਕਰ ਸਕਦੇ ਜਾਂ ਨੂੰ ਕੋਈ ਵੀ ਪ੍ਰੋਬਲਮ ਆਵੇ ਅੱਜ ਦੇ ਪ੍ਰੈਕਟੀਕਲ 'ਚ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਥੈਂਕ ਯੂ ਸੋ ਮਚ ਸਟੂਡੈਂਟ ਨਾਲ ਨਾਲ ਆਪਣੇ ਅਟੈਂਡੈਂਸ ਵੀ ਲਗਾਉਂਦੇ ਜਾਈਓ